ਦੋਸਤੋ ਫਤਿਹ ਪ੍ਰਵਾਨ ਕਰੋ, ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਫਤਿਹ। ਸਾਧ ਸਮੇਂ ਜੀ, ਇਹ ਜਿਹੜਾ ਚੈਨਲ ਹੈ ਇਹ ਮੇਰੇ ਸਵਰਗੀ ਪਿਤਾ ਸਰਦਾਰ ਲਾਭ ਸਿੰਘ ਖੱਟੜਾ, ਜੋ ਕਿ ਇੰਡੀਅਨ ਏਅਰਫੋਰਸ ਵਿੱਚ ਕੰਮ ਕਰਦੇ ਸੀ, ਉਸ ਤੋਂ ਬਾਅਦ ਹਰਿਆਣਾ ਦੇ ਇੱਕ ਹੋਰ ਸਰਕਾਰੀ ਮਹਿਕਮੇ 'ਚ ਕੰਮ ਕੀਤਾ ਉਹਨਾਂ ਨੇ, ਜੋ ਕਿ ਅਕਾਲ ਚਲਾਣਾ ਕਰ ਗਏ ਸੀ ਔਰ ਬਹੁਤ ਹੀ ਘੱਟ ਆਯੂ 'ਚ ਇਸ ਦੁਨੀਆਂ ਨੂੰ ਛੱਡ ਗਏ ਸੀ। ਇਹ ਚੈਨਲ ਸਰਦਾਰ ਲਾਭ ਸਿੰਘ ਜੀ ਨੂੰ ਸਮਰਪਿਤ ਹੈ, ਸਰਦਾਰ ਲਾਭ ਸਿੰਘ ਜੀ ਖੱਟੜਾ ਨੂੰ। ਔਰ ਇਹ ਚੈਨਲ ਇੱਕ ਨੋਨ ਪ੍ਰੋਫਿਟ ਧਾਰਮਿਕ ਚੈਨਲ ਹੈ। ਇਸ ਚੈਨਲ ਤੋਂ ਮੈਂ 1 ਰੁਪਏ ਦੀ ਇਨਕਮ ਨਹੀਂ ਕਮਾਉਂਦਾ, ਨਾ ਕਮਾਉਣੀ ਹੈ ਨਾ ਕਮਾਵਾਂਗਾ। ਇਹ ਚੈਨਲ ਨੂੰ ਖੋਲ੍ਹਣ ਦਾ ਮਕਸਦ ਸਿਰਫ ਔਰ ਸਿਰਫ ਇਹ ਸੀ ਕਿ ਵੱਧ ਤੋਂ ਵੱਧ ਲੋਕਾਂ ਤੱਕ ਹਰ ਧਰਮ ਦੀ, ਪੀਰ ਦੀ, ਫਕੀਰ ਦੀ, ਮੰਦਰ ਦੀ, ਗੁਰਦੁਆਰੇ ਦੀ, ਮਸਜਿਦ ਦੀ, ਹਰ ਧਰਮ ਤੋਂ ਸੰਬੰਧਿਤ, ਹਰ ਆਸਥਾ ਤੋਂ ਸੰਬੰਧਿਤ ਲੋਕਾਂ ਦੀ, ਉਹਨਾਂ ਲੋਕਾਂ ਤੱਕ ਜਿਹੜੇ ਹਰ ਧਰਮ ਤੋਂ ਹਰ ਆਸਥਾ ਜੁੜੇ ਹੋਏ ਨੇ ਉਹਨਾਂ ਤੱਕ, ਉਹਨਾਂ ਤੋਂ ਸੰਬੰਧਿਤ ਚੀਜ਼ਾਂ, ਜਿਵੇਂ ਕੋਈ ਪੀਰ ਨੂੰ ਮੰਨਦਾ ਤਾਂ ਪੀਰ ਦੀ, ਕੋਈ ਮੰਦਰ ਨੂੰ ਮੰਨਦਾ ਤਾਂ ਮੰਦਰ ਦੀ, ਕੋਈ ਗੁਰਦੁਆਰੇ ਨੂੰ ਮੰਨਦਾ ਗੁਰਦੁਆਰੇ ਦੀ ਵੀਡੀਓਜ਼ ਲੋਕਾਂ ਤੱਕ ਪਹੁੰਚਾਵਾਂ। ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰੋ ਔਰ ਵੀਡੀਓ ਚੰਗੀ ਲੱਗੇ ਤਾਂ ਲਾਈਕ ਔਰ ਸ਼ੇਅਰ ਜ਼ਰੂਰ ਕਰੋ ਔਰ ਪੋਜ਼ਿਟਿਵਲੀ ਕਮੈਂਟਸ ਕਰੋ, ਸਾਡਾ ਹੌਸਲਾ ਵੱਧਦਾ। ਤੁਸੀਂ ਜੇ ਚਾਹੋ ਤਾਂ ਕਮੈਂਟਸ 'ਚ ਪਾ ਸਕਦੇ ਹੋ, ਜੇ ਤੁਹਾਡੇ ਕੋਲ ਕਿਸੇ ਧਾਰਮਿਕ ਸਥਾਨ ਦੀ ਕੋਈ ਵੀਡੀਓ ਪਈ ਹੈ ਔਰ ਤੁਸੀਂ ਖੁਦ ਸ਼ੂਟ ਕੀਤੀ ਹੈ, ਵਿਦ ਤੁਹਾਡੀ ਸਨੈਪ ਔਰ ਵਿਦ ਤੁਹਾਡਾ ਨਾਮ, ਮੈਂ ਵੀਡੀਓ ਪਾਵਾਂਗਾ। ਮਕਸਦ ਇੱਕ ਇਹ ਹੈ ਕਿ ਜ਼ਿਆਦਾ ਤੋਂ ਜ਼ਿਆਦਾ ਲੋਕਾਂ ਤੱਕ ਜਿਹੜਾ ਹੈ ਇਹ ਸਭੀ ਧਰਮਾਂ ਤੋਂ ਸੰਬੰਧਿਤ ਜਿਹੜੀ ਚੀਜ਼ਾਂ ਹੈ, ਵੀਡੀਓਜ਼ ਹੈ, ਪਿਕਚਰਸ ਹੈ। ਇਹ ਸਫੀਦੋ ਧਾਮ ਦੀ ਵੀਡੀਓ ਹੈ ਦੋਸਤੋ, ਸਫੀਦੋ ਧਾਮ ਹਰਿਆਣੇ 'ਚ ਪੈਂਦਾ ਔਰ ਇਹ ਪੀਰਾਂ ਦੇ ਪੀਰ ਅਸਤਬਲੀ ਪੀਰ ਜੀ ਦਾ ਔਰ ਸਬਲ ਸਿੰਘ ਬੋਰੀ ਔਰ ਕੇਸਰ ਮਲ ਬੋਰੀ, ਜਿਹੜੇ ਬੋਰੀ ਭਰਾ ਸੀ ਪੀਰ ਸਾਹਿਬ, ਉਹਨਾਂ ਦਾ ਇੱਕ ਬਹੁਤ ਹੀ ਮੇਨ ਸਥਾਨ ਹੈ। ਜਦੋਂ ਬੋਰੀ ਸਾਹਿਬ ਦਿੱਲੀ ਤੋਂ ਯੁੱਧ ਕਰਦੇ ਹੋਏ ਮੂਰਥਲ ਨੂੰ ਆਉਂਦੇ ਹੋਏ ਸਫੀਦੋ ਆ ਕੇ ਜਿਹੜਾ ਹੈ ਉਹ ਰੁਕੇ ਨੇ, ਜਿਨ੍ਹਾਂ ਕਿ ਇਤਿਹਾਸ ਮੈਂ ਪੜ੍ਹਿਆ, ਗਲਤੀ ਹੋਈ, ਕੋਈ ਤਰੁੱਟੀ ਹੋਈ ਤਾਂ ਮਾਫ਼ ਕਰਨਾ। ਔਰ ਉਰੇ ਬਾਬਾ ਗੋਰਖਨਾਥ ਜੀ ਦਾ ਵੀ ਸਥਾਨ ਹੈ, ਉਰੇ ਮਾਤਾ ਸ਼ਾਮ ਕੌਰ ਜੀ ਦਾ ਵੀ ਸਥਾਨ ਹੈ, ਉਰੇ ਗੁੱਗਾ ਜਹਾਰਵੀਰ ਜੀ ਦਾ ਵੀ ਸਥਾਨ ਹੈ, ਹੋਰ ਬਹੁਤ ਸਾਰੇ ਤੁਰਬਤਾਂ ਬਣੀਆਂ ਹੋਈਆਂ ਨੇ। ਮੈਂ ਸਭ ਦਾ ਨਾਮ ਮੇਰੇ ਯਾਦ ਦਾ ਨਾਮ ਲੈ ਪਾਵਾਂਗਾ। ਇੱਕ ਬਹੁਤ ਹੀ ਰੂਹਾਨੀ ਸਥਾਨ ਹੈ ਦੋਸਤੋ, ਔਰ ਵੀਰਵਾਰ ਨੂੰ ਉਰੇ ਬੜੀ ਠੀਕ ਠਾਕ ਸ਼ਰਧਾਲੂ ਗਿਣਤੀ 'ਚ ਸ਼ਰਧਾਲੂ ਆਉਂਦੇ ਆ। ਇੱਕ ਵਾਰੀ ਆਪਣੇ ਮਨ 'ਚ ਜੈਕਾਰਾ ਜ਼ਰੂਰ ਲਾਇਆ ਉਹਨਾਂ ਸਥਾਨਾਂ ਦਾ ਜਿਨ੍ਹਾਂ ਦਾ ਮੇਰਾ ਨਾਮ ਯਾਦ ਰਿਹਾ, ਉਹਨਾਂ ਦਾ ਮੈਂ ਨਾਂ ਲੈਣ ਲੱਗਿਆ। ਉਹਨਾਂ ਨੂੰ ਯਾਦ ਕਰਿਓ, ਸਿਮਰਨ ਕਰਿਓ ਔਰ ਮਨ 'ਚ ਨਮਸਕਾਰ ਜ਼ਰੂਰ ਕਰਿਓ। ਜੇ ਤੁਸੀਂ ਪੀਰਾਂ ਨੂੰ ਫਕੀਰਾਂ ਨੂੰ ਮੰਨਦੇ ਹੋ, ਕਿਉਂਕਿ ਹਰ ਵੀਡੀਓ ਹਰ ਬੰਦੇ ਵਾਸਤੇ ਮੈਂ ਚੈਨਲ 'ਤੇ ਨਹੀਂ ਪਾ ਸਕਦਾ। ਕਿਸੇ ਨੂੰ ਕੋਈ ਵੀਡੀਓ ਚੰਗੀ ਲੱਗੇਗੀ, ਕਿਸੇ ਨੂੰ ਕੋਈ ਵੀਡੀਓ ਚੰਗੀ ਲੱਗੇਗੀ। ਕੁਛ ਮੇਰੇ ਖਾਲਸਾ ਭਰਾ ਨਾਰਾਜ਼ ਵੀ ਹੋ ਜਾਂਦੇ ਨੇ ਵੀ ਤੁਸੀਂ ਆ ਹੋਰ ਕੀ ਵੀਡੀਓਜ਼ ਪਾਈ ਜਾਂਦੇ ਹੋ, ਪਰ ਕੀ ਕਰੀਏ, ਮੈਂ ਸਭ ਨੂੰ ਕੋਸ਼ਿਸ਼ ਕਰਨੀ ਹੈ ਵੀ ਕੋਈ ਰਹਿ ਨਾ ਜਾਏ, ਹਰ ਵੀਡੀਓ ਕਿਸੇ ਨਾ ਕਿਸੇ ਦੇ ਕੰਮ ਦੀ ਤਾਂ ਹੋਵੇ, ਕਿਸੇ ਨਾ ਕਿਸੇ ਨੂੰ ਚੰਗੀ ਲੱਗੇ। ਇਹ ਅਸਤਬਲੀ ਪੀਰ ਸਾਹਿਬ ਦੀ ਤੁਰਬਤ ਹੈ ਜੀ, ਉਰੇ ਚਾਰ ਸਥਾਨ ਤਾਂ ਸਾਹਮਣੇ ਨਜ਼ਰ ਆ ਰਹੇ ਨੇ ਇੱਕ ਸਾਈਡ 'ਚ, ਤਾਂ ਮਨ 'ਚ ਇੱਕ ਵਾਰੀ ਜ਼ਰੂਰ ਫਤਿਹ ਬੁਲਾਓ, ਯਾਦ ਕਰੋ, ਸਿਮਰਨ ਕਰੋ। ਅਸਤਬਲੀ ਪੀਰ ਜੀ ਕੀ ਜੈ, ਬਾਬਾ ਕੇਸਲ ਮਲ ਬੋਰੀ ਕੀ ਜੈ, ਬਾਬਾ ਸਬਲ ਸਿੰਘ ਬੋਰੀ ਕੀ ਜੈ, ਬਾਬਾ ਗੋਰਖਨਾਥ ਜੀ ਕੀ ਜੈ, ਮਾਤਾ ਸ਼ਾਮ ਕੌਰ ਕੀ ਜੈ, ਗੁੱਗਾ ਜਹਰਵੀਰ ਜੀ ਕੀ ਜੈ। ਔਰ ਇਸ ਸਥਾਨ ਮੇ ਬਨੀ ਸਮਸਤ ਤੁਰਬਤੋਂ ਕੀ, ਸਥਾਨੋਂ ਕੀ, ਮਜ਼ਾਰੋਂ ਕੀ ਜੈ, ਸਮਸਤ ਪੀਰੋਂ, ਪੈਗੰਬਰੋਂ, ਸ਼ਹੀਦੋਂ, ਅਲੀਓਂ, ਯਕਸ਼ੋਂ, ਗਣੋਂ, ਯੋਗਨੀਓਂ ਕੀ ਜੈ, 33 ਕਰੋੜ ਦੇਵੀ ਦੇਵਤਾਓਂ ਕੀ ਜੈ, 1,24,000 ਪੀਰੋਂ ਕੀ ਜੈ, ਸਮਸਤ ਪਵਿੱਤਰ ਰੂਹੋਂ ਕੀ ਜੈ, ਸਭ ਕੋ ਨਮਸਕਾਰ।
ਭੁੱਲ ਚੁੱਕ ਮਾਫ, ਪਰਮਾਤਮਾ ਸਭ ਕੁਛ ਸਤਿ ਬੁੱਧੀ ਦੇ, ਸਭ ਕੁਛ ਸੁਖੀ ਰੱਖੇ। ਗੋਡ ਬਲੈਸ ਯੂ ਆਲ।